ਉਸ ਨੂੰ ਆਖੋਲੇ ਕਰਨਾ ਮناسب ਨਹੀਂ ਸਮਝਿਆ ਸੋ ਲਗਾਤਾਰ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਜਿਹੜਾ ਉਹ ਦੇ ਫਾਈਨੈਂਸ਼ੀਅਲ ਟਾਈਮਜ਼ ਨੇ ਉਹ ਲਾਇਆ ਸੀਗਾ ਵੀ ਇੱਕ ਸਿੱਖ ਕਾਰਕੁੰਨ ਦੇ ਕਤਲ ਦਾ ਜਿਹੜਾ ਹੈਗਾ ਭਾਂਡਾ ਫੋੜਿਆ ਗਿਆ ਉਹਨੂੰ ਐਵਰਟ ਕੀਤਾ ਗਿਆ ਤੇ ਮੁੜ ਕੇ ਹੁਣ ਅਦਾਲਤ ਵਿੱਚ ਜਿਹੜਾ ਕੇਸ ਆ ਫਾਈਲ ਕਰਿਆ ਗਿਆ ਹੋ ਗਿਆ ਨਿਖਲ ਗੁਪਤਾ ਦੇ ਖਿਲਾਫ ਜੀ ਤੇ ਇੱਕ ਉਹ ਜਿਹੜੇ ਆਫੀਸਰ ਨਾਲ ਲਗਾਤਾਰ ਸਬੰਧ ਰੱਖ ਰਿਹਾ ਸੀ ਉਹਦੇ ਖਿਲਾਫ ਹੈ ਜਿਹੜਾ ਸੀਸੀਬੀ 1 ਦੇ ਖਲਾਫ ਆ ਸੋ ਇਸ ਬੈਕਡਰਾਪ ਵਿੱਚ ਫੋਰਨ ਪਾਲਿਸੀ ਦਾ ਜਿਹੜਾ ਭਾਰਤ ਦੀ ਫੋਰਨ ਪਾਲਿਸੀ ਨੂੰ ਕਾਫੀ ਵੱਡਾ ਝਟਕਾ ਲੱਗਿਆ ਹੈ ਜੋ ਬਾਈਡਨ ਦਾ ਇੱਕ ਤਰ੍ਹਾਂ ਨਾਲ ਮਨਾ ਕਰ ਦੇਣਾ ਨਾ ਕਰ ਦੇਣੀ ਔਰ ਉਹਨਾਂ ਦਿਨਾਂ ਦੌਰਾਨ ਹੀ ਕੁਆਡ ਦੀ ਜਿਹੜੀ ਮੀਟਿੰਗ ਹੋਣੀ ਸੀ ਨਾਲ ਦੇ ਨਾਲ ਉਹ ਵੀ ਰੱਦ ਕਰ ਦਿੱਤੀ ਗਈ ਸੀ ਸੋ ਸਾਰਿਆਂ ਨੇ ਆਪੋ ਆਪਣਾ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਵੀ ਸਾਊਥ ਕੋਰੀਆ ਦੇ ਵੀ ਤੇ ਆਸਟ੍ਰੇਲੀਆ ਐਂਡ ਯੂਕੇ ਦੇ ਪ੍ਰਧਾਨ ਮੰਤਰੀਆਂ ਨੇ ਵੀ ਉਹ ਸਾਰਾ ਖੁੱਸ ਗਿਆ ਹੋਇਆ ਸੋ ਇਸ ਜਿਹੜਾ ਇਹ ਕਤਲੋਗਾਰਤਾਲੀ ਜਿਹੜੀ ਟ੍ਰਾਂਸ ਨੈਸ਼ਨਲ ਕੰਪ੍ਰੈਸ਼ਨ ਦਾ ਜਿਹੜਾ ਭਾਰਤ ਤੇ ਦੋਸ਼ ਲੱਗਦੇ ਆ ਵੀ ਉਹਨਾਂ ਨੇ ਸ਼ੁਰੂ ਕਰਿਆ ਸੋ ਉਹਨੇ ਭਾਰਤ ਦੇ ਅਕਸ ਨੂੰ ਕਾਫੀ ਵਿਗਾੜਿਆ ਔਰ ਆਪਣੇ ਇਤਿਹਾਸ ਦੇ ਉਹ ਸਭ ਤੋਂ ਵੱਧ ਕ੍ਰੂਸ਼ੀਅਲ ਟਾਈਮ ਚ ਜਿਹੜੀ ਉਹਦੀ ਫੋਰਨ ਪੋਲਿਸੀ ਆ ਉਹ ਨਿਕਲ ਰਹੀ ਆ ਇਸ